ਵਿਦੇਸ਼ਾਂ ਵਿੱਚ ਆਪਣੇ ਚੰਗੇ ਭਵਿੱਖ ਦੀ ਆਸ ਲੈ ਕੇ ਜਾ ਰਹੇ ਨੌਜਵਾਨਾਂ ਨੂੰ ਮੌਤ ਕਿਸੇ ਨਾ ਕਿਸੇ ਤਰੀਕੇ ਆਪਣੇ ਕਲਾਵੇ ਵਿੱਚ ਲੈ ਰਹੀ ਹੈ। ਅਜਿਹੀ ਹੀ ਮੰਦਭਾਗੀ ਘਟਨਾ ਧਰਮਕੋਟ ਹਲਕੇ ਦੇ ਪਿੰਡ ਪੰਡੋਰੀ ਅਰਾਈਆਂ ਨੇੜੇ ਧਰਮਕੋਟ ਦੇ ਸਿਮਰਨਜੀਤ ਸਿੰਘ ਭੁੱਲਰ ਨਾਲ ਵਾਪਰੀ, ਜਿਸ ਦੀ ਉਮਰ 27 ਸਾਲ ਦੀ ਸੀ ਅਤੇ ਉਸ ਦੀ ਆਸਟ੍ਰੇਲੀਆ ਵਿੱਚ ਭੇਦ ਭਰੇ ਤਰੀਕੇ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕੁਆਰਾ ਸੀ। ਉਸ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 1 ਮਹੀਨੇ ਤੋਂ ਲਾਪਤਾ ਸੀ ਤੇ ਬੀਤੇ ਦਿਨੀ ਆਸਟ੍ਰੇਲੀਆ ਪੁਲਿਸ ਵੱਲੋਂ ਉਸ ਦੀ ਮੌਤ ਹੋ ਜਾਣ ਦੀ ਸੂਚਨਾ ਦਿੱਤੀ ਗਈ। ਨਿਸ਼ਾਨ ਸਿੰਘ ਤੇ ਜਿਹੜੀ ਇੱਕ ਘਟਨਾ ਹੋਈ, ਕੀ ਨਾਮ ਬੇਟੇ ਦਾ ਜੀ? ਸਿਮਰਨਜੀਤ ਸਿੰਘ ਸਾਡਾ ਬੇਟਾ ਸੀ ਜੀ। ਇਹ ਸਾਨੂੰ ਘਟਨਾ ਦੀ ਪੂਰੀ ਜਾਣਕਾਰੀ ਦਿਓ ਜੀ। ਸਰ 2014 ਦੇ ਵਿੱਚ ਸਾਡਾ ਬੇਟਾ ਸਿਮਰਨਜੀਤ ਸਿੰਘ ਸਟੱਡੀ ਬੇਸ 'ਤੇ ਗਿਆ ਜੀ ਆਸਟ੍ਰੇਲੀਆ। ਉੱਥੇ ਜਾ ਕੇ 3-4 ਮਹੀਨੇ ਉਹ ਮੈਲਬਰਨ ਦੇ ਵਿੱਚ ਰਿਹਾ। ਉਸ ਤੋਂ ਬਾਅਦ ਦੇ ਵਿੱਚ ਉਹ ਸ਼ੈਪਟਨ ਸ਼ਹਿਰ ਦੇ ਵਿੱਚ ਚਲਾ ਗਿਆ ਜੀ। ਉੱਥੇ ਜਾ ਕੇ ਸਟੱਡੀ ਮੈਲਬਰਨ ਹੀ ਕਰਦਾ ਸੀ ਅਤੇ ਵਰਕ ਉੱਥੇ ਕੰਮ ਉੱਥੇ ਕਰਦਾ ਸੀ ਜੀ। ਉਸ ਤੋਂ ਬਾਅਦ ਦੇ ਵਿੱਚ ਜੀ ਚਲੋ 4 ਸਾਲ ਉੱਥੇ ਰਿਹਾ। 4 ਸਾਲ ਤੋਂ ਬਾਅਦ ਸਾਨੂੰ ਮਿਲਣ ਆਇਆ 20 ਦਿਨ, ਫਿਰ ਚਲਾ ਗਿਆ ਜੀ। ਹੁਣ 2 ਸਾਲ ਫਿਰ ਉਹਨੂੰ ਗਾਇਨ ਹੋ ਗਏ ਸੀ। ਉਸ ਤੋਂ ਬਾਅਦ ਸਰ ਉੱਥੇ ਮਤਲਬ ਹੁਣ ਜਿਹੜੀ ਘਟਨਾ ਘਟੀ ਸਾਡੇ ਨਾਲ 30 ਅਪ੍ਰੈਲ ਨੂੰ, ਉਹਦੇ ਵਿੱਚ ਸਰ ਉਹ ਰਾਤ ਵੇਲੇ ਕੰਮ ਤੋਂ ਆਪਦੀ ਜੋਬ ਤੋਂ ਜਦੋਂ ਚੱਲਿਆ ਘਰ ਨੂੰ, ਉਸ ਵਕਤ ਉਹਦੀ ਗੱਡੀ ਜਿਹੜੀ ਹੈ ਉਹ ਟੀ ਪੁਆਇੰਟ ਤੋਂ ਸਿੱਧੀ ਚਲੀ ਗਈ। ਸਾਨੂੰ ਉਸ ਵਕਤ ਸਰ ਮੈਸੇਜ ਆਇਆ ਕਿ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ। ਕਿਸੇ ਦਾ ਮੈਸੇਜ ਆਇਆ? ਕਿਸ ਦਿਨ ਮੈਸੇਜ ਆਇਆ? ਕਿੰਨੇ ਦਿਨ ਹੋ ਗਏ? ਇਹ 30 ਅਪ੍ਰੈਲ ਨੂੰ ਆਇਆ ਜੀ। 30 ਅਪ੍ਰੈਲ ਨੂੰ? ਹਾਂਜੀ, ਉਸ ਦਿਨ ਹੀ ਆਇਆ। ਉਸ ਦਿਨ ਪਹਿਲਾਂ ਸਾਡੀ ਉਹਦੇ ਨਾਲ ਗੱਲ ਵੀ ਹੋਈ ਹੈ ਜੀ, ਇੰਡੀਆ ਦੇ 10 ਵਜੇ ਸਾਡੀ ਗੱਲ ਵੀ ਉਹਦੇ ਨਾਲ ਹੋਈ ਹੈ। ਉਸ ਤੋਂ ਬਾਅਦ ਸਾਨੂੰ ਰਾਤ ਨੂੰ ਇਹ ਮੈਸੇਜ ਆ ਗਿਆ ਵੀ ਬੇਟੇ ਦਾ ਐਕਸੀਡੈਂਟ ਹੋ ਗਿਆ। ਅਸੀਂ ਸਰ ਉੱਧਰ ਸਾਡਾ ਆਪਣੇ ਰਿਸ਼ਤੇਦਾਰ ਨੇ, ਇਹਦੇ ਬ੍ਰਦਰ ਨੇ, ਅਤੇ ਮਤਲਬ ਉਹਨਾਂ ਨੂੰ ਅਸੀਂ ਦੱਸਿਆ ਕਿ ਬੇਟੇ ਦਾ ਐਕਸੀਡੈਂਟ ਹੋ ਗਿਆ। ਸਾਨੂੰ ਮੈਸੇਜ ਆਇਆ, ਉਹਨਾਂ ਨੇ ਜੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਕਿ ਇਸ ਤਰ੍ਹਾਂ ਸਿਮਰਨਜੀਤ ਸਿੰਘ ਦਾ ਐਕਸੀਡੈਂਟ ਹੋਇਆ। ਉਹਨਾਂ ਨੇ ਜੀ ਆਖਿਆ ਕਿ ਅਸੀਂ ਕੋਈ ਗੱਲ ਨਹੀਂ ਤੁਹਾਨੂੰ ਪੁੱਛ ਕੇ ਦੱਸਦੇ ਹਾਂ। ਪੁਲਿਸ ਨੇ ਜੀ ਉਹਨਾਂ ਨੂੰ ਦੱਸਿਆ, ਪੁਲਿਸ ਨੂੰ ਉਹਨਾਂ ਨੇ ਜਦੋਂ ਪੁੱਛਿਆ, ਪੁਲਿਸ ਨੇ ਇਹ ਗੱਲ ਆਖੀ ਕਿ ਅਸੀਂ ਪੁੱਛ ਪਤਾ ਕਰ ਲੈਂਦੇ ਹਾਂ। ਪੁਲਿਸ ਨੇ ਜੀ ਕੋਈ ਗਸ਼ਤ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ। ਉਹਨਾਂ ਥਾਣੇ 'ਚ ਸਿਰਫ ਫੋਨ ਕੀਤਾ ਅਤੇ ਪੁਲਿਸ ਨੇ ਸਾਨੂੰ ਆਖ ਦਿੱਤਾ ਵੀ ਨਹੀਂ, ਸਾਡੇ ਕੋਲ ਕੋਈ ਰਿਪੋਰਟ ਨਹੀਂ ਆਈ ਕਿਸੇ ਹੋਸਪਿਟਲ ਦੇ ਵਿੱਚ ਕਿਸੇ ਚੀਜ਼ ਦੇ ਵਿੱਚ। ਪਰ ਉਸ ਰੋਡ 'ਤੇ, ਜਿਹੜੇ ਰੋਡ 'ਤੇ ਅਸੀਂ ਉਹਨਾਂ ਨੂੰ ਆਖਿਆ, ਉਸ ਰੋਡ 'ਤੇ ਗੱਡੀ ਉਹਨਾਂ ਦੀ ਨਹੀਂ ਗਈ ਜੀ ਬਿਲਕੁਲ। ਉਸ ਤੋਂ ਬਾਅਦ ਦੇ ਵਿੱਚ ਸਰ ਜਦੋਂ ਰਾਤ ਪੈ ਗਈ, ਅਸੀਂ ਕਈ ਮੁੰਡਿਆਂ ਨੂੰ ਫੋਨ ਵੀ ਲਾਇਆ, ਸਾਡਾ ਕਿਸੇ ਨਾ ਤਰ੍ਹਾਂ ਕੰਟੈਕਟ ਨਹੀਂ ਹੋ ਸਕਿਆ। ਉਸ ਤੋਂ ਬਾਅਦ ਸਰ ਜਦੋਂ ਉੱਥੇ ਦਿਨ ਚੜ੍ਹ ਗਿਆ ਅਤੇ ਅਸੀਂ ਮਤਲਬ ਕਿ ਇਹ ਕਰਨਾ ਚਾਹਿਆ ਵੀ ਹੁਣ ਅਸੀਂ ਰਿਪੋਰਟ ਕਰੀਏ, ਸਾਡਾ ਬੇਟਾ ਨਹੀਂ ਕਿਤੇ ਵੀ ਮਿਲ ਰਿਹਾ, ਅਤੇ ਫਿਰ ਸਰ ਅਸੀਂ ਪੁਲਿਸ ਰਿਪੋਰਟ ਕੀਤੀ। ਪੁਲਿਸ ਰਿਪੋਰਟ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਸਾਡਾ ਬੇਟਾ ਮਿਲ ਨਹੀਂ ਘਰ ਆ ਅਤੇ ਤੁਸੀਂ ਉਹਦੀ ਭਾਲ ਸ਼ੁਰੂ ਕਰੋ, ਉਹਨਾਂ ਨੇ ਜੀ ਉਹਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਨੇ ਜੀ ਚਲੋ ਸਾਨੂੰ ਆਖਿਆ ਵੀ ਅਸੀਂ ਭਾਲ ਸ਼ੁਰੂ ਕਰ ਦਿੱਤੀ, ਅਸੀਂ ਲੱਭਦੇ ਫਿਰਦੇ ਹਾਂ, ਪਰ ਉਹਨਾਂ ਨੂੰ ਜੀ ਕੁਛ ਨਹੀਂ ਮਿਲਿਆ। 4 ਦਿਨ ਬੀਤ ਗਏ ਜੀ, 4 ਦਿਨਾਂ ਦੇ ਬਾਅਦ ਉਹਨਾਂ ਨੂੰ ਸਿਰਫ 8 ਕਿਲੋਮੀਟਰ 'ਤੇ ਖੜ੍ਹੀ ਗੱਡੀ ਮਿਲ ਗਈ। 4 ਕਿਲੋ ਮਤਲਬ 4 ਦਿਨ ਉਹ ਜਹਾਜ਼ ਵੀ ਸਾਨੂੰ ਦੱਸਦੇ ਨੇ, ਅਸੀਂ ਲਈ ਫਿਰੇ ਕਰੀ ਫਿਰੇ, ਪਰ ਲੇਕਿਨ ਉਹਨਾਂ ਨੂੰ ਮਿਲਿਆ ਕੁਛ ਨਹੀਂ ਜੀ। 4 ਦਿਨ ਬਾਅਦ ਸਿਰਫ 8 ਕਿਲੋਮੀਟਰ 'ਤੇ ਗੁਆਂਢੀ ਖੜ੍ਹੀ ਗੱਡੀ ਉਹਨਾਂ ਨੂੰ ਮਿਲ ਗਈ ਜੀ, ਪਲੇਨ ਜਗ੍ਹਾ 'ਤੇ, ਕੋਈ ਖਾਸ ਇਹੋ ਜਿਹਾ ਏਰੀਆ ਨਹੀਂ ਸੀ। ਉਸ ਤੋਂ ਬਾਅਦ ਸਰ ਮਤਲਬ ਉਹਨਾਂ ਨੇ ਚਲੋ ਆਪਦੀ ਭਾਲ ਦੱਸਦੇ ਨੇ ਇਹ ਜਾਰੀ ਰੱਖੀ, ਸਾਨੂੰ ਤਾਂ ਨਹੀਂ ਜੀ ਪਤਾ। ਸਰ ਉਸ ਦਿਨ ਉਸ ਰਾਤ ਉਹਨਾਂ ਦਾ ਨਾ ਸਿਮਰਨਜੀਤ ਸਿੰਘ ਦਾ ਕੁਛ ਮੁੰਡਿਆਂ ਦੇ ਨਾਲ ਪੀਤੀ ਖਾਧੀ ਦੇ ਵਿੱਚ ਥੋੜ੍ਹਾ ਜਿਹਾ ਫੋਨ ਦੇ ਉੱਤੇ ਕੋਈ ਹੋਇਆ ਸੀ ਜੀ, ਅਤੇ ਉਹਨਾਂ ਮੁੰਡਿਆਂ ਦੇ ਨਾਲ ਮੇਰੀ ਵੀ ਗੱਲ ਹੋਈ। ਮੈਂ ਉਹਨਾਂ ਨੂੰ ਇਹ ਗੱਲ ਆਖੀ, ਮੈਂ ਕੋਈ ਕਾਕਾ ਤੁਸੀਂ ਵੀ ਪੀਤੀ ਖਾਧੀ ਉਹਨੇ ਵੀ, ਇਹ ਤੁਸੀਂ ਮਤਲਬ ਕਿਸੇ ਕਿਸਮ ਦੀ ਕੋਈ ਹਰਕਤ ਨਹੀਂ ਕਰਨੀ, ਸਾਡਾ ਇਕੱਲਾ ਇਕੱਲਾ ਬੇਟਾ ਹੈ, ਕੋਈ ਗੱਲ ਨਹੀਂ ਜੇ ਉਹਨੇ ਕੋਈ ਤੁਹਾਨੂੰ ਕਿਸੇ ਕਿਸਮ ਦੀ ਕੋਈ ਤੁਹਾਡੀ ਆਪਸ ਹੋਗੀ, ਮੈਨੂੰ ਗਾਲਾਂ ਕੱਢ ਲਓ ਜਿੰਨੀਆਂ ਕਰਨੀਆਂ। ਲੇਕਿਨ ਸਰ ਹੁਣ ਸਾਨੂੰ ਪਤਾ ਨਹੀਂ ਵੀ ਉਹਨਾਂ ਮੁੰਡਿਆਂ ਨੇ ਕੋਈ ਕਾਰਾ ਕਰ ਦਿੱਤਾ ਜਾਂ ਕੋਈ ਮਤਲਬ ਵੈਸੇ ਕੋਈ ਗੱਲ ਇਹੋ ਜਿਹੀ ਹੋ ਗਈ ਹੈ। ਪਰ ਇੰਨੀ ਗੱਲ ਵੀ ਪੁਲਿਸ ਦੀ ਅਸੀਂ ਬੜੀ ਨਲੇਕੀ ਸਮਝਦੇ ਹਾਂ, ਪੁਲਿਸ ਨੇ ਨਾ ਤਾਂ ਜੀ ਉਹਨਾਂ ਮੁੰਡਿਆਂ ਨੂੰ ਅਰੈਸਟ ਕੀਤਾ, ਨਾ ਉਹਨਾਂ ਮੁੰਡਿਆਂ ਦੀ ਚੰਗੀ ਤਰ੍ਹਾਂ ਤਫਤੀਸ਼ ਕੀਤੀ। ਉਹਨਾਂ ਨੇ ਮਤਲਬ ਸਾਨੂੰ ਇਹੋ ਹੀ ਕਹੀ ਕਿ ਨਹੀਂ ਸਾਡੇ ਕੋਲ ਪੱਕੇ ਸਬੂਤ ਹੈ ਨਹੀਂ ਗੇ, ਅਸੀਂ ਮੁੰਡਿਆਂ ਨੂੰ ਟੱਚ ਨਹੀਂ ਕਰ ਸਕਦੇ। ਲੇਕਿਨ ਸਰ ਜਿਹੜੀ ਗੱਲ ਮੇਨ ਤੁਹਾਨੂੰ ਦੱਸਣੀ ਚਾਹੁੰਦਾ ਮੈਂ, ਉਹ ਇਹ ਆ ਕਿ ਮਤਲਬ ਪੁਲਿਸ ਨੇ 4 ਕਿਲੋਮੀਟਰ 'ਤੇ 8 ਕਿਲੋਮੀਟਰ 'ਤੇ ਖੜ੍ਹੀ ਗੱਡੀ 4 ਦਿਨ ਬਾਅਦ ਲੱਭੀ ਹੈ ਜੀ। ਉਦੋਂ ਅਗਲੀ ਗੱਲ ਹੈ ਜੀ, ਸਾਡੇ ਬੇਟੇ ਦੀ ਲਾਸ਼ ਜਿਹੜੀ ਹੈ ਉਹ ਉਹਨਾਂ ਨੇ ਹਿਸਾਬ ਲਾ ਲਓ ਵੀ 1 ਮਹੀਨਾ ਬਾਅਦ 2 ਕਿਲੋਮੀਟਰ ਤੋਂ ਬਰਾਮਦ ਕੀਤੀ ਹੈ ਜੀ। ਗੱਡੀ ਤੋਂ 2 ਕਿਲੋਮੀਟਰ ਦੂਰ
उन्होंने साढ़े बेटे की लाश बरामद करके सू फोन करता एक महीने बाद साहब साहब एक महीने बाद जी जदों की उन्होंने सानू यो लारा लाए कहने कि असी सर्च 30 किलोमीटर तक की 40 तक की पर वेखो 40 किलोमीटर तो दूर की गल उन्होंने 4 किलोमीटर भी नहीं की दो भी नहीं की उन्होंने 2 किलोमीटर तो साढ़े बेटे की लाश सू लैके तो उन्होंने फोन ला दिता भी थोड़ा बेटा लभ गया। तुम प्रशासन की मांग करना चाहते हो? सर साढ़े तो प्रशासन के अगे यही है कि एक तो जो वार बार सदों असं ये कही गए हैं कि जिन्हों बंदे पक्के सबूत असं दे रहे हैं सानू किसी के मैसेज आए हैं भी आखो आ बंदे वे गल पैना चाहते हैं असी पुलिस में जी वो मैसेज जोड़े ने वो सेंड किए हैं कि आखो आ जोड़े मुंडे ने इकट्ठे होकर साडे बेटे के गल पैना चाहते वो मुंडे कितों के जी वो भी उत्थे रेंदे ने जी उत्थे इंडिया दे हां जी इंडिया दे पंजाब दे ने जी कि किहड़े पिंड दे आ किहड़े शहर दे वो जी एक तां बरनाला एरिए दा एक गढ़शंकर एरिए दा तुसीं जदों उन्हां मुंडिआं नाल गलबात कीती तुहानूं की गलबात होई उदों उन्हां नाल जी साडी गलबात इह होई वी मतलब जिहड़ा एक मुंडा विक्की है उन्हें मैनूं आप फोन लाया जी मतलब उन्हूं पता लग गया सी वी इहदे फादर नूं पता लग गया इस गल दा उन्हें पहला ही मौका सामदे होए मैनूं फोन ला दिता वी अंकल तुहाडा मुंडा गालां कढ़दा ये उस तो बाद सर मतलब उन्होंने मैं उन्होंने आख्या मैं बेटा भी कोई गल नहीं बिल्कुल लड़ना नहीं गा तू मैं जिन्या मर्जी गाला कट ला दूजे नु जी मैं आप फोन लाया मैं फोन नंबर आ गया से उन्होंने मैं फोन लाया जोल नूं मैं क्या भी बेटा तू लड़ना नहीं बिल्कुल सवेर वेले कोई गल नहीं सारा कुछ हो जाएगा। ये किस कारण इन्होंने लड़ाई हुई? ये जी सर कारण तो कोई खास नहीं इन्हों की ना वैसे जो विक्की मुंडा वैसे जैलसे चल रही थी पहले दिनों ही मतलब कि ये साडा बेटा जिहड़ा पीआर वास्ते कोशिश कर रहा सी वो बंदा कोई होर हिसाब दा होर टाइप दा जो चाहुंदा सी इहनूं पीआर ना मिले डेड बॉडी उन्होंने अपने कब्जे लै ली है जी उहदी शनाख्त वी अजे आउंदे असीं कल नूं करावांगे ते मतलब कि अजे उह सानूं कुछ नहीं दस रहे जी साडी हुण डिमांड इह आ सरकार दे अगे इक तां उहनां दे नाल जे उहनां दे विच कोई है आ इह तफ्तीश पूरी कीती जावे उहनां नूं सज़ा दवाई जावे उहनां मुंडिआं नूं साडे बच्चे दा केस रोलिआ ना जावे बिल्कुल जे नहीं तो जे पुलिस की कार्रवाई माड़ी हुई है नलेकी हुई है तो पुलिस की कार्रवाई हो जी बिल्कुल मैरिड के अनमैरिड से लड़का है नहीं जी अनमैरिड है जी ठीक है साडा होर कोई बेटा बेटी नहीं जी साडा इकलौता ही बेटा सी हुण साडे कोल कुछ नहीं रह गया जी बिल्कुल तो डेड बॉडी सानू जी वापस की जाए सानू इंडिया भेजी जाए आपदे खर्चे तो सरकार भेजे साडे कोल कुछ नहीं है। प्रशासन का अधिकारी सवेर तक कोई जो कल तक इतने आया नहीं अजे तक तो सर कोई नहीं आया तुहाडे चैनल वाले जरूर आए हैं अच्छा। बहुत चैनल आए हैं पर अजे तक प्रशासन का अधिकारी कोई नहीं आया साढ़े को किसी ने साड़ी कोई सार नहीं गिली असं गरीब परिवार हाँ कोई पंजाब पुलिस वालों कोई आया हो नहीं जी पंजाब पुलिस वालों कोई नहीं आया तलाह दी उत्थे थाने नहीं इतलाह असं थाने पंजाब च नहीं दी जी। पंजाब दर्पण न्यूज़ लई मोगा तो राम शर्मा अते गुरदेव खुराना की विशेष रिपोर्ट।